ਮੈਂ ਫਲਾਈਟ ਦੀ 4 ਵਜੇ ਦੀ ਆ ਸੰਗਾ ਲਿਆ ਕਹਿੰਦੇ ਕਹਿੰਦੇ ਕਰੋਨਾ ਹੋਇਆ ਪੈਨੋ ਬੰਦੇ ਨੂੰ ਤਾਂ ਕੱਪੜੇ ਲੀੜੇ ਪਵਾਤੇ ਜਾਗਾ ਹਨਾ ਵੀਰ ਹਾਂ ਜਿਆਦਾ ਕੱਪੜੇ ਕਿਉਂ ਪਾਣੇ ਨੇ ਸੱਚੀ ਦੱਸਿਓ ਕਹਿੰਦੇ ਆਪਰੇਸ਼ਨ ਕਰਨਾ ਤੁਸੀਂ ਡਾਕਟਰ ਸਾਹਿਬ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ 2.5 ਸਾਲਾਂ ਬਾਅਦ ਚੱਲੇ ਆ ਇੰਡੀਆ ਮਲੇਸ਼ੀਆ ਤੋਂ ਤੇ ਬਿੰਦਰ ਵੀਰ ਆਪਾਂ 11-12 ਸਾਲਾਂ ਤੋਂ ਤੇ ਵੀਰ ਆਪਾਂ 4 ਸਾਲਾਂ ਤੋਂ ਤੇ ਬਾਈ 1 ਸਾਲ ਤੋਂ ਲੋ ਜੀ ਆ ਸਾਡੀ ਪੈਕਿੰਗ ਹੋਈ ਪਈ ਆ ਸਾਰੀ ਤੇ ਅੱਜ ਰੈਡੀਆਂ ਹੈ ਨਾ ਤੇ ਬਾਕੀ ਤੁਹਾਨੂੰ ਅਗਲੇ ਬਲੌਗ 'ਚ ਸਭ ਕੁਝ ਦਿਖਾਉਂਦੇ ਆ ਬਣੇ ਰਹੋ ਬਲੌਗ ਦੇ ਨਾਲ ਲਵ ਯੂ ਲੋ ਜੀ ਸਮਾਨ ਸਮੂਹ ਸਾਰਾ ਰੱਖਤਾ ਤੇ ਆ ਬਿੰਦਰ ਬਾਈ ਲਓ ਜੀ ਤਿਆਰੀ ਹੈ ਜੀ ਬਸ ਗਰੁੱਪ ਚ ਬਣੇ ਰਹੋ ਦਿਖਾਣੇ ਤੁਹਾਨੂੰ ਮਲੇਸ਼ੀਆ ਦਾ ਏਅਰਪੋਰਟ ਮੇਰੇ ਬੂਟ ਰਹਿ ਗਏ ਆ ਲੈ ਜੀ ਬਾਜੀ ਇੰਡੀਆ ਉਹ ਬੋਲਣਾ ਕੰਮ ਬਹੁਤ ਵਧੀਆ ਹੋਇਆ ਹਾਂ ਉਹ ਬੋਲੋ ਨਾ ਕੰਮ ਬਹੁਤ ਵਧੀਆ ਕੰਮ ਬਹੁਤ ਵਧੀਆ ਹੋਇਆ ਸਿਰਾ ਕੰਮ ਵਧੀਆ ਤੇਰੇ ਕੋਈ ਟੈਨਸ਼ਨ ਨਹੀਂ ਬਸ ਓਕੇ ਮਿਲ ਜਾਗੇ ਲੋ ਜੀ ਬਹਿ ਚੁੱਕਿਆ ਗੱਡੀ ਚ ਬਣੇ ਰਹੋ ਬਲੌਗ ਦੇ ਨਾਲ ਦੇਖਦੇ ਇੰਡੀਆ ਕਿਹਦਾ ਦਿਖ ਤੁਸੀਂਦਾ ਓਕੇ ਜੀ ਬਣੇ ਰਹੋ ਲੋ ਜੀ ਆਪਾਂ ਪਹੁੰਚ ਗਏ ਆ ਮਲੇਸ਼ੀਆ 에ਅਰਪੋਰਟ ਤੇ ਸਮਾਨ ਰੱਖ ਲਿਆ ਟਰਾਲੀਆਂ 'ਚ ਤੇ ਹੁਣ ਅੰਦਰ ਚੱਲਦੇ ਆ ਬੋਰਡਿੰਗ ਬੋਰਡਿੰਗ ਕਰਾਉਣੀ ਆ ਫਿਰ ਉਸ ਤੋਂ ਬਾਅਦ ਰਾਤੇ ਆ ਫਿਰ ਤੁਹਾਨੂੰ ਹਾਲਾਤ ਕੀ ਆ ਅਰੇ ਲਓ ਜੀ 에ਅਰਪੋਰਟ ਦੇ ਅੰਦਰ ਪਹੁੰਚ ਗਏ ਆ ਤੇ ਸਾਰੇ ਜਣੇ ਉਹ ਖੜੇ ਨੇ ਆਪਣੇ ਨਾਲ ਦੇ ਤੇ ਤੁਹਾਨੂੰ ਦਿਖਾਉਂਦੇ ਆ ਤੇ ਹੁਣ 5-10 ਮਿੰਟਾਂ ਬਾਅਦ ਕਰਾਉਣੀ ਆ ਸੀ ਬੋਰਡਿੰਗ ਤੇ ਬਣੇ ਰਹੋ ਬਲੌਗ ਦੇ ਨਾਲ ਸਾਨੂੰ ਸਾਰਾ ਵੇਖ ਕੇ ਦਿਖਾਉਂਗੇ ਓਕੇ ਲਓ ਜੀ ਬੋਰਡਿੰਗ ਵਾਲੀ ਲਾਈਨ 'ਚ ਖੜੇ ਆ ਤੇ ਲਾਈਨ ਆ ਲੰਬੀ ਕਹਿੰਦੇ ਜੀ ਕਿੱਥੇ ਆ ਗਏ ਕਹਿੰਦੇ ਉੱਥੇ ਆ ਗਏ ਜਿੱਥੇ ਜਮਾਂ ਸੀ ਕਰਦਾ ਸੀ ਆਉਣ ਨੂੰ ਚਲੋ ਬਣੇ ਰਹੋ ਠੀਕ ਆ ਅੱਗੇ ਦਿਖਾਉਂਦੇ ਆ ਫਿਰ ਤੁਹਾਨੂੰ ਲਓ ਜੀ ਬੋਰਡਿੰਗ ਹੋ ਗਈ ਸਾਡੀ ਚੈੱਕ ਕਰਿਓ ਅਤੇ ਆਹ ਸਾਹਮਣੇ ਕਾਊਂਟਰ ਹੈ ਨਾ ਜਿੱਥੇ ਬੋਰਡਿੰਗ ਹੋਈ ਆ ਅਤੇ ਹੁਣ ਅਸੀਂ ਵੇਟ ਕਰਾਂਗੇ ਹੈ ਨਾ ਅਤੇ ਉਸ ਤੋਂ ਬਾਅਦ ਤੁਹਾਨੂੰ ਜਹਾਜ਼ ਦੀ ਸੈਰ ਵੀ ਕਰਾਵਾਂਗੇ ਓਕੇ ਬਾਏ ਬਾਏ ਕਹਿੰਦੇ ਪਿੰਡਾਂ ਵਾਲੇ ਕਿੱਥੇ ਟੱਕਦੇ ਨੇ ਆਹ ਦੇਖੋ ਬੈਗ ਨਾਲ ਹੀ ਚੱਕੀ ਫਿਰਦੇ ਨੇ ਲਓ ਜੀ ਸਾਡੇ ਸਾਰਿਆਂ ਦੇ ਲਾਗੇ ਨੇ ਬੋਰਡਿੰਗ ਪਾਸ ਹੋ ਗਏ ਨੇ ਅਤੇ ਹੁਣ ਸਾਨੂੰ ਅੱਗੇ ਪਲੇਨ ਦੀ ਸੈਰ ਕਰਾਉਂਦੇ ਹਾਂ ਬਣੇ ਰਹੋ ਕਰੋ ਚੱਕ ਅਤੇ ਸਾਨੂੰ ਘਰ ਰੋਕ ਲਿਆ ਇਮੀਗ੍ਰੇਸ਼ਨ ਕਾਊਂਟਰ ਵਾਲਿਆਂ ਨੇ ਅਤੇ ਥੋੜ੍ਹਾ ਜਿਹਾ ਟਾਈਮ ਬਾਅਦ ਜਾਵਾਂਗੇ ਇੱਧਰ ਵੀ ਲਓ ਜੀ ਆਹ ਦੇਖ ਲਓ ਜਾ ਚੂਚ ਅੰਦਰ ਐਂਟਰ ਹੋ ਗਿਆ ਵੇਟ ਕਰ ਰਹੇ ਹਾਂ ਫਲਾਈਟ ਦੀ 4 ਵਜੇ ਦੀ ਆ ਹਾਂਜੀ ਲਓ ਜੀ ਹੁਣ ਤਿਆਰੀ ਆਈ ਆਪਣੀ ਜਹਾਜ਼ ਚੜ੍ਹਨ ਦੀ ਤੇ ਤਿਆਰ ਰਹੋ ਠੀਕ ਆ ਓਕੇ ਬਾਏ ਬਾਏ ਲਓ ਜੀ ਪਹੁੰਚ ਗਿਆ ਅਤੇ ਆ ਜਾਣਾ ਦੇ ਤੇ ਕਹਿੰਦੇ ਆਪਣੇ ਮੂੰਹ 'ਤੇ ਲਾ ਲਿਓ ਕਿਤੇ ਕਰੋਨਾ ਨਾ ਹੋ ਜਾਵੇ ਚੈੱਕ ਕਰ ਲਓ ਕਿੱਦਾਂ ਐਨਕਾਂ ਆਪਣੇ ਰੰਗ ਦੀਆਂ ਕਿਉਂ ਲਿੱਤੀਆਂ ਨੇ ਆਪਣੇ ਰੰਗ ਦੀਆਂ ਲਾਈ ਦੀਆਂ ਚੱਲ ਭਰਾਵਾ ਤਿਆਰ ਰਹੇ ਠੀਕ ਆ ਸਾਰੇ ਜਣੇ ਓਕੇ ਬਾਏ ਬਾਏ ਅੱਗੇ ਮਿਲਦੇ ਹਾਂ ਜਹਾਜ਼ 'ਚ ਬਹਿ ਕੇ ਲਓ ਜੀ ਫਾਈਨਲੀ ਪਹੁੰਚ ਗਿਆ ਅਸੀਂ ਜਹਾਜ਼ ਦੇ ਅੰਦਰ ਜਾਣ ਲੱਗੇ ਹਾਂ ਐਂਟਰੀ ਆ ਅੰਦਰੋਂ ਅਤੇ ਉਹ ਦੇਖ ਲਓ ਆਹਾ ਉਸ 'ਚ ਵਾਹਣਾ ਕਹਿੰਦੇ ਉਸ 'ਚ ਜਿੰਨੇ ਮਾਂ ਦੇ ਪੁੱਤ ਕਈ ਦੂਰ ਕਰਾਤੇ ਅਤੇ ਕਈ ਮਿਲਾ ਵੀ ਦਿੱਤੇ ਹਨ ਅਤੇ ਦੇਖੋ ਤਿਆਰ ਬਣ ਕੇ ਅੱਗੇ ਦਾ ਦਿਖਾਉਣਾ ਤੁਹਾਨੂੰ ਮੈਂ ਸਾਰਾ ਸੇਮ ਕਿ ਆਪਾਂ ਅੰਦਰ ਐਂਟਰ ਹੋ ਰਹੇ ਹਾਂ ਅਤੇ ਸਾਰੇ ਬੰਦੇ ਜਾ ਰਹੇ ਹਨ
ਭੁੱਲਰ ਸਿੰਘ ਆ ਗਿਆ ਕਹਿੰਦੇ ਕਰੋਨਾ ਹੋਇਆ ਪੈਨੂੰ ਬੰਦੇ ਨੂੰ ਤਾਂ ਕੱਪੜੇ ਲੀੜੇ ਪਵਾ ਕੇ ਜਾਂਦਾ ਜ਼ਿਆਦਾ ਕੱਪੜੇ ਲੀੜੇ ਪਵਾਉਣ ਦੀ ਛੁੱਟੀ ਦੱਸੋ ਕਹਿੰਦੇ ਆਪਰੇਸ਼ਨ ਕਰਨਾ ਤੁਸੀਂ ਡਾਕਟਰ ਸਾਹਿਬ ਹੋ पहुँच गए आप दिल्ली एयरपोर्ट के अपने बैग बुग चक रहे हैं तो बने रहो तुहानू घर तक सारा ब्लॉग दिखाएंगे लव यू ऑल। लो जी आप आ गए एयरपोर्ट के बाहर तो समान समून पिया तो गड्डी का कर रहे हैं वेट तो बने रहो ब्लॉग के नाल।
लो जी पहुंच गया पर राजपुरे बने रहो थोड़ा लगे हम लोग ਸਪਰਾਈਜ਼ ਦੇਣਾ ਸੀ ਨਾ ਤੈਨੂੰ ਹੋਰ।